ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਤੇ ਅੱਜ ਤੁਹਾਡੇ ਲਈ ਬਹੁਤ ਸੋਹਣੇ ਔਫਰ ਲੈ ਕੇ ਆਏ ਕਿਉਂਕਿ ਆਪਾਂ ਜਿੰਨੀਆਂ ਵੀਡੀਓ ਪਾਉਂਦੇ ਹਾਂ ਜਿਹੜੇ ਸੂਟ ਸਾਡੇ ਕੋਲ ਇੱਕ ਇੱਕ ਪੀਸ ਬਚਿਆ ਆਪਾਂ ਸੋਚਿਆ ਕਿ ਤੁਹਾਡੇ ਨਾਲ ਉਹ ਸ਼ੇਅਰ ਕਰ ਲੈਂਦੇ ਹਾਂ ਅਤੇ ਨਾਲ ਸੇਲ ਦੇ ਵਿੱਚ ਆਪਾਂ ਸੇਲ ਅੱਜ ਸੰਡੇ ਆ ਹੁਣ ਨਵੀਂ ਨਵੀਂ ਹੀ ਕੁਛ ਨਾ ਕੁਛ ਚੇਂਜ ਕਰਦੇ ਰਹਾਂਗੇ ਹੁਣ ਹਰ ਸੰਡੇ ਸੰਡੇ ਤੁਹਾਨੂੰ ਅਸੀਂ ਸੇਲ ਲਿਆ ਕੇ ਦਿਆ ਕਰਾਂਗੇ ਅਗਲੀ ਵਾਰ ਇਸ ਤੋਂ ਵੀ ਘੱਟ ਰੇਂਜ 'ਚ ਮਿਲੂਗੀ ਹੁਣ ਜਿਹੜੇ ਪੀਸ ਸਾਡੇ ਕੋਲ ਇੱਕ ਇੱਕ ਸੂਟ ਦੇ ਪਏ ਆ ਆਪਾਂ ਸੋਚਿਆ ਕਿ ਆਪਾਂ ਤੁਹਾਨੂੰ ਉਸੇ ਪ੍ਰਾਈਸ 'ਤੇ ਕੱਢ ਦਿੰਦੇ ਹਾਂ ਠੀਕ ਹੈ ਹੁਣ ਸਾਡੇ ਕੋਲ ਸੂਟ ਹੈਗਾ ਇੱਕ ਮਸਲੀਨ ਦੇ ਉੱਪਰ ਸੇਮ ਦੇਖ ਸਕਦੇ ਹੋ ਤੁਸੀਂ ਵਰਕ ਦੇ ਉੱਪਰ ਨਾਲ ਦੁਪੱਟੇ ਦੇ ਨਾਲ ਠੀਕ ਹੈ ਇਹ 750 ਦਾ ਸੂਟ ਹੋਊਗਾ ਸ਼ਿਪਿੰਗ ਫਰੀ ਹੋ ਗਈ ਇਹ ਸੂਟ ਦਾ ਉਹਦਾ ਰੇਟ ਹੈਗਾ ਜੀ 950 ਰੁਪਈਆ ਹੁਣ ਇਹ ਤੁਹਾਨੂੰ ਦੇ ਦਿੰਦੇ ਹਾਂ 750 ਦੇ ਵਿੱਚ ਸ਼ਿਪਿੰਗ ਫਰੀ ਜਿਨ੍ਹਾਂ ਨੇ ਵੀ ਔਡਰ ਕਰਨਾ ਮਸਲੀਨ ਦੇ ਉੱਤੇ ਇਹ ਸੂਟ ਜਿਹੜਾ ਔਡਰ ਕਰ ਸਕਦੇ ਵਧੀਆ ਸੂਟ ਹੈ ਪਾਰਟੀ ਵੇਅਰ ਸੂਟ ਆ ਇਹ ਸਿਰਫ ਇੱਕ ਹੀ ਪੀਸ ਆ ਤਾਂ ਕਰਕੇ ਅਸੀਂ ਦੇ ਤੁਹਾਨੂੰ ਇਹ ਵਾਲੇ ਔਫਰ ਦੇ ਵਿੱਚ ਅਤੇ ਇਹ ਵਾਲਾ ਬਲੈਕ ਕਲਰ ਦਾ ਸੂਟ ਆਪਾਂ 1000 ਦੀ ਰੇਂਜ 'ਚ ਵੇਚ ਦੇ ਰਹੇ ਹਾਂ ਇਹ ਸਿਰਫ ਤੁਹਾਨੂੰ ਹੁਣ ਦੇਵਾਂਗੇ ਅਸੀਂ 800 ਦੇ ਵਿੱਚ ਸ਼ਿਪਿੰਗ ਫਰੀ ਇਹ ਸੂਟ ਵੀ ਜਿਨ੍ਹਾਂ ਨੇ ਬਾਏ ਕਰਨਾ ਕਰ ਸਕਦੇ ਇਹ ਵੀ ਮਸਲੀਨ ਦੇ ਉੱਪਰ ਹੀ ਆ ਇੱਦਾਂ ਹੀ ਸਿਰਫ ਨੈਕ ਸਾਰਾ ਕੁਛ ਇੱਦਾਂ ਹੀ ਬਣਿਆ ਹੋਊਗਾ ਵਰਕ ਚੰਗੀ ਤਰ੍ਹਾਂ ਦਿਖਾਊਗਾ ਵਰਕ ਅਤੇ ਇਹ ਵਾਲਾ ਸੇਮ ਤੁਹਾਨੂੰ ਜਿੱਦਾਂ ਤੁਹਾਨੂੰ ਵਰਕ ਦਿਖਾਇਆ ਗਿਆ ਲੈਂਥ ਲੂੰਥ ਸਾਰਾ ਕੁਛ ਉਵੇਂ ਹੀ ਦੁਪੱਟਾ ਵੀ ਨਾਲ ਅਤੇ ਸ਼ਿਪਿੰਗ ਫਰੀ 800 ਦੀ ਰੇਂਜ ਦੇ ਵਿੱਚ ਦੇਵਾਂਗੇ ਤੁਹਾਨੂੰ ਹੁਣ ਦਾ ਸੂਟ ਆ ਗਿਆ ਇਹ ਨਾਲ ਦੇ ਸੂਟ ਆਪਾਂ ਸਾਰੇ ਕਾਫੀ ਵੇਚ ਸੇਲ ਕੀਤੇ ਸਿਰਫ ਸਿੰਗਲ ਕਲਰ ਕਰਕੇ ਆਪਣੇ ਕੋਲੋਂ ਦਾਲ ਦੁਪੱਟਾ ਵੀ ਡਬਲ ਸ਼ੇਡ ਦਾ ਹੋਊਗਾ ਬਾਜੂ ਦੇ ਉੱਪਰ ਵੀ ਵਰਕ ਆਊਗਾ ਪਿਓਰ ਕਾਟਨ ਦੇ ਵਿੱਚ ਸੂਟ ਆ ਇਹ ਵਾਲਾ ਇਹ ਤੁਹਾਨੂੰ ਮਿਲੂਗਾ 800 ਦਾ ਸ਼ਿਪਿੰਗ ਫਰੀ ਅਤੇ ਜਿਹੜਾ ਔਡਰ ਸਿਰਫ ਤੁਸੀਂ ਅੱਜ ਹੀ ਕਰ ਸਕਦੇ ਹੋ ਠੀਕ ਹੈ ਅਤੇ ਇਹ ਵਾਲਾ ਸੂਟ ਜਿਹੜਾ ਗ੍ਰੀਨ ਕਲਰ ਦਾ ਸਿੰਗਲ ਪੀਸ ਹੀ ਆ ਠੀਕ ਹੈ ਗਾੜੀ ਸਾਡੇ ਕੋਲ ਪਹੁੰਚੇ ਵਰਕ ਵਾਲਾ ਆ ਗਿਆ ਸੂਟ ਠੀਕ ਹੈ ਨਾਲ ਦੁਪੱਟਾ ਅਤੇ ਨਾਲ ਸ਼ਰਟ ਪੀਸ ਇਹ ਵੀ ਸਿੰਗਲ ਪੀਸ ਹੋਣ ਕਰਕੇ ਇਹ 650 ਦੀ ਰੇਂਜ ਦੇ ਵਿੱਚ ਸੂਟ ਤੁਹਾਨੂੰ ਮਿਲੂਗਾ ਸ਼ਿਪਿੰਗ ਫਰੀ ਇਹ ਵਾਲਾ ਸੂਟ ਵੀ ਤੁਸੀਂ ਬਾਏ ਕਰ ਸਕਦੇ ਹੋ ਜੇ ਕਿਸੇ ਨੇ ਗਿਫਟ ਕਰਨਾ ਬਹੁਤ ਸੋਹਣਾ ਕਾਟਨ ਦਾ ਸੂਟ ਹੈ ਦਾਦੀਆਂ ਨੂੰ ਨਾਨੀਆਂ ਨੂੰ ਜਾਂ ਕਿਸੇ ਨੂੰ ਪਿਓ ਦੇ ਦੁਪੱਟੇ ਦੇ ਨਾਲ ਇਹ 500 ਦਾ ਸ਼ਿਪਿੰਗ ਫਰੀ ਦੁਪੱਟਾ ਵੀ ਹਾਫ ਪਿਓਰ ਦਾ ਠੀਕ ਹੈ ਅਤੇ 5 ਮੀਟਰ ਸੂਟ ਹੋਊਗਾ ਵਰਕ ਦਿਖਾ ਕੇ ਰੱਖੋ ਅਤੇ ਸੇਮ ਆਪਣਾ ਵਰਕ ਹੋਊਗਾ ਤਾਂ ਤੱਕ ਉੱਪਰ ਤੱਕ ਜਾਂਦਾ ਅਤੇ ਕੱਪੜਾ ਵੀ ਇਹਦਾ ਬਹੁਤ ਸੋਹਣਾ ਹੈ 500 ਦੀ ਰੇਂਜ ਦੇ ਵਿੱਚ ਇਹ ਸੂਟ ਤੁਹਾਨੂੰ ਮਿਲੂਗਾ ਅੱਜ ਦੇ ਵਿੱਚ ਔਫਰ ਦੇ ਵਿੱਚ ਤੁਹਾਨੂੰ ਠੀਕ ਹੈ ਫਿਰ ਸਾਡੇ ਕੋਲ ਆ ਗਿਆ ਮਸਟਰਡ ਕਲਰ ਦਾ ਬਹੁਤ ਹੀ ਸੋਹਣਾ ਜਿਹਾ ਸੂਟ ਨਾਲ ਕਾਟਨ ਦਾ ਦੁਪੱਟਾ ਇਹ ਸੂਟ ਆਪਾਂ ਕਾਫੀ ਜ਼ਿਆਦਾ ਮਹਿੰਗੇ ਜਿਹੜੇ ਕਿ ਉਹ ਵੇਚੇ ਸੀਗੇ 750 ਦਾ ਸੂਟ ਤੁਹਾਨੂੰ ਮਿਲੂਗਾ ਅਤੇ ਦੁਪੱਟਾ ਦੇਖੋ ਕਿੰਨਾ ਸੋਹਣਾ ਸ਼ਿਪਿੰਗ ਸਾਰਿਆਂ ਦੇ ਫਰੀ ਆ ਅੱਜ ਜਿਹੜਾ ਵੀ ਤੁਸੀਂ ਸੂਟ ਔਡਰ ਕਰਦੇ ਹੋ ਉਹਦੀ ਸ਼ਿਪਿੰਗ ਫਰੀ ਹੋਊਗੀ ਠੀਕ ਹੈ ਇਹ ਵਾਲਾ ਸੂਟ ਤੇ ਠੀਕ ਹੈ ਬਾਕੀ ਸਾਡੇ ਕੋਲ ਸੂਟ ਆ ਗਏ ਇਹ ਵਾਲੇ ਇਹ ਵੀ ਪਿਓਰ ਕਾਟਨ ਦੇ ਉੱਪਰ ਆ ਠੀਕ ਹੈ ਇਹ 950 ਦੀ ਰੇਂਜ ਦੇ ਹੀ ਨਾਲ ਸ਼ਿਪਿੰਗ ਐਕਸਟਰਾ ਸੀਗੀ ਇਹ ਤੁਹਾਨੂੰ 800 ਦੀ ਰੇਂਜ ਤੱਕ ਮਿਲਣਗੇ ਅੱਜ ਦੇ ਦਿਨ ਅਤੇ ਨਾਲ ਦੁਪੱਟਾ ਵੀ ਦੁਪੱਟੇ ਦੇ ਵਰਕ ਵੀ ਅਤੇ ਕਲਰ ਸਿਰਫ ਇਹ ਵਾਲਾ ਹੀ ਆ 2 ਪੀਸ ਹੀ ਆ ਇਹ ਤੁਸੀਂ 2 ਜਿਹੜੇ ਔਡਰ ਕਰ ਸਕਦੇ ਅਤੇ ਬਾਜੂ ਦੇ ਉੱਪਰ ਵਰਕ ਹੋਊਗਾ ਪਿਓਰ ਕਾਟਨ ਦੇ ਵਿੱਚ ਸੂਟ ਆ ਸੀਗਾ 800 ਦੀ ਰੇਂਜ ਦੇ ਵਿੱਚ 800 ਦੀ ਰੇਂਜ ਦੇ ਵਿੱਚ ਸਿਰਫ ਅੱਜ ਦੇ ਦਿਨ ਅਤੇ ਇਹ ਵਾਲੇ ਸੂਟ ਜਿਹੜੇ ਸ਼ਿਪਿੰਗ ਫਰੀ ਆ 450-400 ਦੀ ਰੇਂਜ ਦੇ ਵਿੱਚ ਸ਼ਿਪਿੰਗ ਫਰੀ ਤੁਹਾਨੂੰ ਮਿਲੂਗੀ ਤੁਹਾਨੂੰ ਪਤਾ 50-60 ਰੁਪਏ ਜਿਹੜੇ ਸ਼ਿਪਿੰਗ ਦੇ ਲੱਗਦੇ ਆ ਅਤੇ ਇਹ ਵਾਲੇ ਸੂਟ ਸਾਡੇ ਕੋਲ ਹੈਗੇ 5 ਕਲਰ ਠੀਕ ਹੈ 5 ਦੇ ਸਕਰੀਨਸ਼ੋਟ ਤੁਸੀਂ ਭੇਜ ਸਕਦੇ ਜੋ ਠੀਕ ਹੈ ਇਹ 5 ਕਲਰ ਜਿਹੜੇ ਆ ਤੁਹਾਨੂੰ ਅੱਜ ਦੇ ਦਿਨ ਦੇ ਵਿੱਚ ਮਿਲਣਗੇ ਜਿਨ੍ਹਾਂ ਨੇ ਵੀ ਕਰਨਾ 450 ਦੇ ਵਿੱਚ ਸ਼ਿਪਿੰਗ ਫਰੀ ਅਤੇ ਬਾਕੀ ਸਾਡੇ ਕੋਲ ਬਚਿਆ ਇੱਕ ਆ ਵਾਲਾ ਸੂਟ 750 ਦੀ ਰੇਂਜ ਦੇ ਵਿੱਚ ਸ਼ਿਪਿੰਗ ਫਰੀ ਹੋਊਗੀ 750 ਦੀ ਰੇਂਜ ਦੇ ਵਿੱਚ ਸਿੰਗਲ ਕਲਰ ਆ ਮਸਲੀਨ ਦੇ ਉੱਪਰ ਸੂਟ ਆ ਜਿਨ੍ਹਾਂ ਨੇ ਵੀ ਲੈਣਾ ਲੈ ਸਕਦੇ ਠੀਕ ਹੈ ਅਤੇ ਇੱਕ ਸਾਡੇ ਕੋਲ ਸੂਟ ਬਹੁਤ ਹੀ ਸੋਹਣਾ ਮਹਿੰਦੀ ਕਲਰ ਦਾ ਬਚਿਆ ਇਹ ਵੀ ਸਿੰਗਲ ਪੀਸ ਹੀ ਆ ਅੱਜ ਅਸੀਂ ਅੱਜ ਦਾ ਦਿਨ ਜਿਹੜਾ ਇਹ ਤੁਸੀਂ 800 ਦੀ ਰੇਂਜ ਦੇ ਵਿੱਚ ਤੁਸੀਂ ਇਹ ਵਾਲਾ ਸੂਟ ਜਿਹੜਾ ਖਰੀਦ ਸਕਦੇ ਹੋ ਇਹਦੇ ਬਾਜੂ ਦੇ ਉੱਪਰ ਵਰਕ ਆਊਗਾ ਸੇਮ ਵਰਕ ਆਊਗਾ ਨੈਕ ਦੇ ਉੱਪਰ ਵਰਕ ਆਊਗਾ ਦੁਪੱਟੇ 'ਤੇ ਵੀ ਵਰਕ ਆਊਗਾ ਸੇਮ ਇਹ ਵਾਲਾ ਠੀਕ ਹੈ ਅਤੇ ਕਲਰ ਇੱਕੋ ਹੀ ਆ ਅਤੇ ਇਹ ਵਾਲਾ ਸੂਟ ਜਿਹੜੇ ਅੱਜ ਦੀ ਤੁਹਾਨੂੰ ਔਫਰ ਦੇ ਵਿੱਚ ਮਿਲਣਗੇ ਅਤੇ ਇੱਕ ਮੇਨ ਗੱਲ ਮੈਂ ਜ਼ਰੂਰ ਕਰਨੀ ਇੱਕ ਗੁਰਵਿੰਦਰ ਦੇ ਆਈ ਡੀ ਤੋਂ ਜਿਹੜਾ ਕਮੈਂਟ ਹਮੇਸ਼ਾ ਹੀ ਆਉਂਦਾ ਆ
ਉਹ ਕਿਉਂ ਆਉਂਦਾ ਆ ਮੈਂ ਤੁਹਾਨੂੰ ਦੱਸਦੀ ਹਾਂ। ਉਹਨਾਂ ਨੇ ਇੱਕ ਸੂਟ ਆਰਡਰ ਕੀਤਾ ਸੀਗਾ 650 ਦੀ ਰੇਂਜ ਦੇ ਵਿੱਚ ਸੂਟ, ਅੱਜ ਆਰਡਰ ਕੀਤਾ, ਅਗਲੇ ਦਿਨ ਇਹਨਾਂ ਨੇ ਨਾ ਜਤਿੰਦਰ ਕੋਲ ਬਜ਼ਾਰ ਫੋਨ ਹੁੰਦਾ ਮੇਰਾ ਉੱਪਰ ਲੈ ਕੇ ਘਰ ਤੱਕ, ਮੈਂ ਤੁਹਾਡਾ ਕਾਲਜ ਪੜ੍ਹਦੀ ਰਹੀ ਹਾਂ, ਮੈਨੂੰ ਉਮੀਦ ਨਹੀਂ ਤੁਸੀਂ ਇੱਦਾਂ ਕਰੋਗੇ ਜੇ ਕਰੋ। ਉਹਨੇ ਕਿਤੇ ਮੈਸੇਜ ਕੀਤਾ ਤਾਂ ਮੈਸੇਜ ਰਿਪਲਾਈ ਨਹੀਂ ਦਿੱਤਾ ਗਿਆ, ਤੁਹਾਨੂੰ ਪਤਾ ਕਿ ਜਦੋਂ ਤੁਸੀਂ ਸੂਟ ਆਰਡਰ ਕੀਤਾ ਤੁਹਾਨੂੰ ਸੂਟ ਤਾਂ ਮਿਲਣਾ ਹੀ ਮਿਲਣਾ ਜਿੱਥੋਂ ਮਰਜ਼ੀ ਹੈ ਨਾ। ਅਤੇ ਉਹਨਾਂ ਨੇ ਇੱਦਾਂ ਕਿੰਨਾ ਲੈਕਚਰ ਜਿਹਾ ਵਟਾਇਆ ਦਿੱਤਾ, ਤਾਂ ਮੈਂ ਤੋਂ ਬਾਅਦ ਮੈਂ ਅਗੜੇ ਕਹਿ ਤਾ ਕਿ ਤੁਸੀਂ ਦੂਸਰਾ ਅੱਗੇ ਗੱਲ ਦਾ ਹੀ ਵੀ ਦੀਦੀ ਅਸੀਂ ਕਿਹੜੇ ਪੈਸੇ ਲੈ ਕੇ ਭੱਜ, ਜਾਂ ਤੁਹਾਨੂੰ ਜਵਾਬ ਦਿੱਤਾ ਹੋਵੇ ਕਿ ਸੂਟ ਨਹੀਂ ਭੇਜਣਾ ਅਤੇ ਮੈਂ ਬਿਜ਼ੀ ਹਾਂ, ਮੈਂ ਤੁਹਾਡਾ ਮੈਸੇਜ ਨਹੀਂ ਵੇਖਿਆ। ਉਹ ਗਾੜੀ ਵੱਧ ਘੱਟ ਬੋਲਣਾ ਸ਼ੁਰੂ ਕਰਤਾ, ਅਸੀਂ ਉਹਨਾਂ ਦਾ ਸੂਟ ਜਿਹੜਾ ਭੇਜ ਦਿੱਤਾ, ਠੀਕ ਹੈ, ਅਤੇ ਉਹਨਾਂ ਦਾ ਨੰਬਰ ਜਿਹੜਾ ਬਲੌਗ 'ਚ ਸੁੱਟ ਦਿੱਤਾ, ਕਿਉਂਕਿ ਜਦੋਂ ਤੁਸੀਂ ਪਤਾ ਫਾਲਤੂ ਜਿਹੜੇ ਲੋਕ ਕਈਆਂ ਨੂੰ ਬੋਲਣ ਦੀ ਆਦਤ ਹੁੰਦੀ, ਉਹਨਾਂ ਨੇ ਉੱਥੋਂ ਹਟੀ ਮੁੜ ਕੇ ਇੰਸਟਾਗ੍ਰਾਮ ਚੱਲ ਗਏ, ਇੰਸਟਾਗ੍ਰਾਮ 'ਤੇ ਬਲੌਗ ਕੀਤਾ, ਯੂਟਿਊਬ 'ਤੇ ਆ ਗਏ, ਅਤੇ ਉਹਦੇ ਥੱਲੇ ਮੇਰੇ ਭੈਣਾਂ ਦੀਆਂ ਗੱਲ ਸੱਚੀ। ਹੁਣ ਮੇਰੇ ਦਿਨ ਦੇ ਵਿੱਚ ਡੇਲੀ ਦੇ 40-40 ਪਾਰਸਲ ਜਿਹੜੇ ਆ ਜਾਂਦੇ ਆ, ਠੀਕ ਆ, ਜਿਹੜੀਆਂ ਮੇਰੀਆਂ ਭੈਣਾਂ ਮੈਨੂੰ ਪਿਆਰ ਕਰਦੀਆਂ, ਜਿਹੜੀਆਂ ਖਰੀਦਣਾ ਚਾਹੁੰਦੀਆਂ, ਉਹਨਾਂ ਨੂੰ ਵਿਸ਼ਵਾਸ ਆ, ਉਹ ਖਰੀਦਦੇ ਆ, ਅਤੇ ਉਹ ਗਾਂਹ ਆਰਡਰ ਹਜੇ ਮੇਰੀ ਵੀਡੀਓ ਸਾਰਿਆਂ ਨੂੰ ਇਹ ਗੱਲ ਦਾ ਮੇਰੀ ਤਾਂ ਪਤਾ ਹੋਣਾ ਕਿ ਜਿਹੜਾ ਸੂਟ ਪੁੱਛਦੇ ਆ, ਜਿਹੜਾ ਨਹੀਂ ਹੁੰਦਾ ਆਪਾਂ ਸਿੱਧਾ ਟੱਕੀ ਕਹਿ ਦਿੰਦੇ ਕਿ ਆਹ ਸੂਟ ਦੀਦੀ ਨਹੀਂ ਆਉਣਾ, ਅਤੇ ਇਹਦੇ ਆਉਣ ਦੇ ਚਾਂਸ ਵੀ ਨਹੀਂ ਹੈਗੇ, ਜੇ ਵੇਖਾਂਗੇ ਟਰਾਈ ਕਰਾਂਗੇ ਜੇ ਮਿਲ ਜੂਗਾ ਤਾਂ ਫਿਰ ਤਾਂ ਉਹਨੂੰ ਲਿਆ ਵੀ ਦੇਵਾਂਗੇ। ਅਤੇ ਅਗਲੇ ਜੇ ਕਸਟਮਰ ਨੂੰ ਪੁੱਛ ਕੇ, ਕਈ ਵਾਰ ਇੱਦਾਂ ਹੁੰਦਾ ਮੈਂ ਕਈ ਮੇਰੀ ਭੈਣਾਂ ਦੇਖਾਂ ਬੜ ਦੂਰ ਕਿਤੇ ਮਤਲਬ ਗਏ ਹੁੰਦੇ ਜਾਂ ਕਿੱਦਾਂ, ਅਤੇ ਉਹ ਸੋਚਦੀਆਂ ਕਿ ਜਿੱਦਾਂ ਸਵੇਰੇ ਉਹਨਾਂ ਸੂਟ ਸਕਰੀਨਸ਼ੋਟ ਭੇਜਤਾ, ਸ਼ਾਮ ਉਹਨਾਂ ਨੇ ਕਹਿ ਦੇਣਾ ਕਿ ਦੀਦੀ ਇਹ ਸੂਟ ਜਿਹੜਾ ਉਹਨਾਂ ਨੇ ਪੈਸੇ ਪਾ ਦੇਣੇ, ਮੈਂ ਕਹਿੰਦਾ ਦੀਦੀ ਇਹ ਸੂਟ ਸੇਲ ਹੋ ਗਿਆ, ਉਹਨਾਂ ਨੇ ਕਹਿਣਾ ਕਿ ਨਹੀਂ ਗੱਲ ਦੀਦੀ ਆ ਨਹੀਂ ਤਾਂ ਆਹ ਕਰ ਦਿਓ, ਇੱਦਾਂ ਹੋ ਜਾਂਦਾ ਹੈ ਨਾ। ਅਤੇ ਡੇਲੀ ਦੇ ਸਾਡੇ ਪਾਰਸਲ ਜਿਹੜੇ ਉਹ ਜਾਂਦੇ ਆ, ਜਿਹੜੇ ਸਾਨੂੰ ਪਿਆਰ ਕਰਦੇ ਉਹ ਕਰਦੇ, ਜੇ ਤੁਹਾਨੂੰ ਪਤਾ ਕੋਈ ਵੀ ਚੀਜ਼ 'ਚ ਆਪਾਂ ਜਾਂਦੇ ਹਾਂ ਤਾਂ ਇੱਕ ਅੱਧਾ ਤੁਹਾਨੂੰ ਪਤਾ ਹੁੰਦਾ ਹੀ ਹੁੰਦਾ ਇੱਦਾਂ ਦਾ, ਸੋ ਨੈਗੇਟਿਵ ਕਮੈਂਟ ਦੀ ਰਿਪਲਾਈ ਜਿਹੜਾ ਮੈਂ ਤਾਂ ਕਰਦੀ ਨਹੀਂ ਹੁੰਦੀ, ਇਹੋ ਜਿਹੇ ਲੋਕਾਂ ਨੂੰ ਮੂੰਹ ਲਾਉਂਦੀ। ਹੁਣ ਅੱਜ ਵੀ ਜੇ ਆਊਗਾ, ਹੁਣ ਹਮੇਸ਼ਾ ਲਈ ਬਲੌਗ ਇੱਥੋਂ ਵੀ ਵੱਜੂਗਾ, ਯੂਟਿਊਬ ਤੋਂ ਵੀ, ਸੋ ਇੱਦਾਂ ਦੀ ਗੱਲ ਨਹੀਂ ਜਿਹੜੀ ਮੇਰੀ ਭੈਣਾਂ ਕਹਿੰਦੀਆਂ ਨਾ ਕਿ ਆਹ ਸੂਟ ਹੈਗਾ, ਅਸੀਂ ਕਹਿੰਦੇ ਹੈਗਾ ਨਹੀਂ, ਤਾਂ ਅੱਧਿਆਂ ਨੂੰ ਮੈਂ ਇਹੋ ਜਵਾਬ ਹੁੰਦਾ ਕਿ ਦੀਦੀ ਆਹ ਸੇਲ ਹੋ ਗਿਆ, ਦੀਦੀ ਸੇਲ ਹੋ ਗਿਆ, ਜੇ ਅਸੀਂ ਕਹਿਣਾ ਹੋਵੇ ਤਾਂ ਅਸੀਂ ਪੈਸੇ ਪਵਾ ਕੇ ਤਾਂ ਕਹਿ ਦਈਏ ਵੀ ਹਾਂ ਸੋ, ਕਿਉਂਕਿ ਸਾਡਾ ਕੋਲ ਡੇਲੀ ਦਾ ਹੀ ਕੰਮ ਆ, ਇੱਦਾਂ ਦਾ ਕੰਮ ਕਦੀ ਨਹੀਂ ਹੋ ਸਕਦਾ, ਕਿਉਂਕਿ ਸਾਡੇ ਬਾਹਰ ਅੰਦਰ ਜ਼ਿਆਦਾ ਜਿਹੜੇ ਆਰਡਰ ਅਸੀਂ ਬਾਹਰ ਹੀ ਜ਼ਿਆਦਾ ਭੇਜਦੇ ਆ, ਇੱਧਰ ਦੇ ਜਿਹੜੇ ਘੱਟ ਮੇਰੇ ਭੈਣਾਂ ਜਿਹੜੀਆਂ ਪੱਕੀਆਂ ਲੱਗੀਆਂ ਉਹੀ ਸੂਟ ਜ਼ਿਆਦਾ ਬਾਏ ਕਰਦੇ ਹੋ, ਬਾਕੀ ਵਿਸ਼ਵਾਸ ਬਣਾਉਣ ਲਈ ਕੋਈ ਨਵੀਂ ਜੁੜਦੇ ਆ ਅਤੇ ਉਹ ਹਮੇਸ਼ਾ ਦੂਜੀ ਵਾਰ ਵੀ ਸੂਟ ਲੈਂਦੇ, ਅਤੇ ਬਹੁਤ ਸਾਰੀਆਂ ਭੈਣਾਂ ਜਿਹੜੀ ਪਿਆਰ ਵੀ ਕਰਦੀਆਂ ਕਿ ਦੀਦੀ ਸੂਟ ਬਹੁਤ ਸੋਹਣਾ ਸੀ ਦੀਦੀ, ਥੈਂਕ ਯੂ। ਬਾਕੀ ਕੁਆਲਿਟੀ ਵਾਈਜ਼ ਹੁਣ ਜਿਹੜੇ ਆਹ ਸੂਟ ਆਹ ਸੂਟ ਦੀ ਕਾਪੀ ਹੁਣ ਆਉਣੇ ਸ਼ੁਰੂ ਹੋ ਵੀ ਗਏ ਆ, ਹੁਣ ਆਪਾਂ ਤਾਂਹੀਓ ਇਹਨਾਂ ਨੂੰ ਪਹਿਲਾਂ ਨੂੰ, ਕਿਉਂਕਿ ਸਾਰਿਆਂ ਨੂੰ ਇਹਨਾਂ ਦੇ ਲੋਕਾਂ ਨੂੰ ਨਹੀਂ ਪਤਾ ਕਿ ਚੀਜ਼ 'ਚ ਕੀ ਕਾਪੀ ਹੋ ਗਈ, ਪਰ ਇਹ ਕਿ ਅਸੀਂ ਇਹਦੇ ਨਾਲ ਦੇ ਹੁਣ ਸੂਟ ਜਿਹੜੇ ਪਹਿਲੇ ਸੇਲ ਕਰ ਦੇਣੇ, ਕਿਉਂਕਿ ਸਾਰਿਆਂ ਨੇ ਹੁਣ ਇਹਦੇ ਨਾਲ ਦੇ ਬਹੁਤ ਰੱਦੂ ਜਿਹਾ ਜਿਹੜਾ ਕੰਮ ਹੋ ਜਾਂਦਾ ਹੁੰਦਾ ਉਹ ਚੀਜ਼ ਹੋ ਗਈ, ਕਿਉਂਕਿ ਤੁਹਾਨੂੰ ਪਤਾ ਮਾਰਕੀਟ ਕੋਈ ਵੀ ਚੀਜ਼ ਨਵੀਂ ਆਉਂਦੀ ਆ ਅਤੇ ਉਹਦੇ ਨਾਲ ਦੀ ਜਿਹੜੀ ਕਾਪੀ ਜਿਹੜੀ ਉਹ ਨਾਲ ਹੀ ਆ ਜਾਂਦੀ। ਮੈਂ ਸਭ ਤੋਂ ਪਹਿਲਾਂ ਸੂਟ ਪਾਇਆ ਸੀ, ਹੁਣ ਤਾਂ ਇਹਦਾ ਮਤਲਬ ਕਾਫੀ ਜ਼ਿਆਦਾ ਪੈ ਗਿਆ ਖਲਾਰਾ ਜਿਹਾ ਹੀ, ਅਤੇ ਇਸ ਕਰਕੇ ਜਿਹੜੇ ਮੇਰੇ ਕੋਲ ਹੋਣਗੇ ਸੂਟ ਇਹ ਵੀ ਮੈਂ 750 ਦੀ ਰੇਂਜ 'ਚ ਜਿਹੜੇ ਕੱਢ ਦੇਣੇ ਆ, ਕਿਉਂਕਿ ਹੁਣ ਕਿਸੇ ਨੂੰ ਇਹ ਤਾਂ ਪਤਾ ਨਹੀਂ ਕਿ ਚੰਗੇ ਹੈਗੇ ਜਾਂ ਮਾੜੇ, ਤਾਂ ਸਾਰੇ ਇਹੋ ਹੀ ਔਡਰ ਕਰ ਲੈਂਦੇ। ਸੋ ਮੇਰੇ ਭੈਣਾਂ ਜਿਹੜੀਆਂ ਆ ਉਹ ਜਿਹੜੇ ਔਡਰ ਕਰਦੇ, ਥੈਂਕ ਯੂ ਉਹਨਾਂ ਲਈ। ਜਿਹੜੇ ਅੱਜ ਵਾਲੀ ਵੀਡੀਓ ਆ ਅੱਜ ਦੇ ਤੱਕ ਆਪਾਂ ਇੱਕ ਇੱਕ ਹੈਗਾ ਹੀ ਆਪਾਂ ਸੇਲ ਕਰਤਾ, ਜਿਨ੍ਹਾਂ ਨੇ ਵੀ ਲੈਣੇ ਹੋਣਗੇ ਸੂਟ ਉਹ DM ਕਰ ਸਕਦੇ ਆ। ਥੈਂਕ ਯੂ।